ਦਿੱਲੀ ਦੇ ਵਿੱਚ ਪਈ ਪਹਿਲੀ ਬਰਸਾਤ ਨੇ ਹੀ ਦਿੱਲੀ ਨੂੰ ਡੁਬਾ ਦਿੱਤਾ ਹੈ। ਤਸਵੀਰਾਂ ਦੇਖੋ ਕਿਸ ਕਦਰ ਹਾਲੋ ਬੇਹਾਲ ਹੋ ਗਈ ਹੈ ਦਿੱਲੀ। ਹਰ ਥਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਜ਼ਮੀਨ ਕਿਤੇ ਵੀ ਨਹੀਂ ਲੱਭ ਰਹੀ ਹੈ। ਤੇ ਇਸੇ ਵਿਚਾਲੇ ਇਹ ਹੋਰ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿੱਥੇ ਦਿੱਲੀ ਦੇ ਇੱਕ ਅੰਡਰ ਬ੍ਰਿਜ ਤੇ ਬੱਸ ਫਸੀ ਹੋਈ ਹੈ, ਪਾਣੀ ਭਰਿਆ ਹੋਇਆ, ਪਾਣੀ ਦੇ ਵਿੱਚ ਬੱਸ ਖੜ ਗਈ ਹੈ, ਨਾ ਤਾਂ ਅੱਗੇ ਜਾ ਰਹੀ ਹੈ ਨਾ ਪਿੱਛੇ ਹੋ ਰਹੀ ਹੈ। ਤੇ ਇੱਥੇ ਬੱਸ ਦੀਆਂ ਸਵਾਰੀਆਂ ਨੂੰ ਰੱਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਤਸਵੀਰਾਂ ਦੇਖੋ, ਨਾਲ ਤਾਂ ਸਮਾਨ ਫੜਿਆ ਹੋਇਆ ਨਾ ਸਵਾਰੀਆਂ ਨੇ, ਰੱਸੀ ਲਮਕਾਈ ਗਈ ਹੈ ਬੱਸ ਦੇ ਉੱਤੋਂ ਦੀ, ਤਾਂ ਫਿਰ ਇਹਨਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਰਿਹਾ ਹੈ ਕਿਉਂਕਿ ਬੱਸ ਇਸ ਪਾਣੀ ਦੇ ਵਿੱਚ ਬੰਦ ਹੋ ਗਈ ਹੈ, ਫਸ ਗਈ ਹੈ। ਤੇ ਇਹ 'ਚ ਸਵਾਰ ਜਿਹੜੀਆਂ ਸਵਾਰੀਆਂ ਨੇ ਉਹ ਵੀ ਬੱਸ ਦੇ ਵਿਚਾਲੇ ਹੀ ਫਸ ਗਈਆਂ ਨੇ। ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਹੈ ਕਿ ਇਹਦੇ ਵਿੱਚ ਚੱਲਣਾ ਵੀ ਔਖਾ ਹੋ ਗਿਆ ਹੈ। ਤੇ ਗੋਤਾਖੋਰਾਂ ਦੇ ਵੱਲੋਂ ਤੇ ਹੋਰ ਦੂਜੇ ਲੋਕਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਸਵਾਰੀਆਂ ਦੀ, ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਰ ਤੱਕ ਰੱਸੀ ਦਾ ਇੱਕ ਸਿਰਾ, ਤਸਵੀਰਾਂ 'ਚ ਦੇਖੋ ਕਿ ਬੱਸ ਦੇ ਉੱਪਰੋਂ ਇੱਕ ਸ਼ਖਸ ਨੇ ਰੱਸੀ ਫੜੀ ਹੋਈ ਹੈ ਤੇ ਫਿਰ ਇਹ ਰੱਸੀ ਬੜੀ ਦੂਰ ਤੱਕ ਇਸੇ ਤਰ੍ਹਾਂ ਬੰਨੀ ਹੋਈ ਹੈ। ਤੇ ਇਹਦੇ ਨਾਲ ਜਿਹੜੇ ਨੇ ਸੁਰੱਖਿਆ ਕਰਮੀ ਇਹਨਾਂ ਯਾਤਰੀਆਂ ਨੂੰ ਸਵਾਰੀਆਂ ਨੂੰ ਲਿਜਾ ਰਹੇ ਨੇ, ਪਾਣੀ ਦੇ ਵਿੱਚੋਂ ਕੱਢ ਰਹੇ ਨੇ। ਸੋ ਇਹ ਦਿੱਲੀ ਦੇ ਹਾਲ ਹੈ ਜਿੱਥੇ ਰੈਸਕਿਊ ਆਪਰੇਸ਼ਨ ਤੱਕ ਚਲਾਉਣਾ ਪੈ ਰਿਹਾ ਹੈ ਬੱਸ ਦੇ ਵਿੱਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਣ ਦੇ ਲਈ ਕਿਉਂਕਿ ਇਹ ਬੱਸ ਪਾਣੀ ਦੇ ਵਿੱਚ ਬੰਦ ਪੈ ਗਈ ਹੈ। ਹੁਣ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਜਿਸ ਦੇ ਵਿੱਚ ਦਿੱਲੀ ਦੇ ਹਾਲ ਜਿਹੜੇ ਨੇ ਕਿਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਗੱਡੀਆਂ ਜਿਹੜੀਆਂ ਨੇ ਸਿਰਫ ਛੱਤਾਂ ਹੀ ਨਜ਼ਰ ਆ ਰਹੀਆਂ ਨੇ, ਪੂਰੀ ਦੀ ਪੂਰੀਆਂ ਗੱਡੀਆਂ ਜਿਹੜੀਆਂ ਪਾਣੀ 'ਚ ਡੁੱਬ ਚੁੱਕੀਆਂ ਨੇ। ਕਾਰਾਂ ਦੇ ਹਾਲ ਦੇਖੋ ਤਾਂ ਕਾਰ ਨਜ਼ਰ ਹੀ ਨਹੀਂ ਆ ਰਹੀ ਹੈ, ਸਿਰਫ ਉਸਦੀ ਛੱਤ ਨਜ਼ਰ ਆ ਰਹੀ ਹੈ। ਉਹ ਦੇਖੋ ਦੂਰ ਤੱਕ ਸਿਰਫ ਇਹਨਾਂ ਕਾਰਾਂ ਦੀਆਂ ਛੱਤਾਂ ਹੀ ਨੇ, ਤੇ ਜੇ ਟਰੱਕ ਦੀ ਗੱਲ ਕਰੀਏ ਤਾਂ ਸਟੀਅਰਿੰਗ ਤੱਕ ਪਾਣੀ ਭਰਿਆ ਹੋਇਆ ਹੈ। ਇਹ ਸਾਰੀਆਂ ਗੱਡੀਆਂ ਪਾਣੀ ਦੇ ਵਿੱਚ ਬੰਦ ਪੈ ਗਈਆਂ ਨੇ ਕਿਉਂਕਿ ਨਾ ਤਾਂ ਅੱਗੇ ਦਾ ਰਾਹ ਨਜ਼ਰ ਆ ਰਿਹਾ ਹੈ, ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਤੇ ਇਸ ਪਾਣੀ ਦੇ ਵਿੱਚੋਂ ਗੱਡੀਆਂ ਨੂੰ ਕੱਢਣਾ ਵੀ ਔਖਾ ਹੋ ਗਿਆ ਹੈ। ਲੋਕ ਜਿਹੜੇ ਨੇ ਬੇਹਾਲ ਹੋ ਗਏ ਨੇ, ਰਾਹ ਕਿਤੋਂ ਨਹੀਂ ਹੈ ਲੰਘਣ ਦਾ, ਚਾਹੇ ਪੈਦਲ ਹੋਵੋ ਜਾਂ ਗੱਡੀਆਂ 'ਤੇ ਹੋਵੋ। ਸੋ ਕਿਸ ਕਦਰ ਪਾਣੀ ਭਰਿਆ ਹੋਇਆ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੀਆਂ ਨੇ, ਦਿੱਲੀ ਦੇ ਅਲੱਗ ਅਲੱਗ ਇਲਾਕਿਆਂ ਦੀਆਂ ਤਸਵੀਰਾਂ ਨੇ। ਕਿਤੇ ਤਾਂ ਅੰਡਰ ਬ੍ਰਿਜ ਬੱਸ ਫਸੀ ਹੋਈ ਹੈ, ਰੱਸੀਆਂ ਦੇ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਤੇ ਦੂਜੇ ਪਾਸੇ ਪਾਣੀ ਦੇ ਵਿੱਚ ਗੱਡੀਆਂ ਡੁੱਬ ਚੁੱਕੀਆਂ ਨੇ, ਸਿਰਫ ਛੱਤਾਂ ਹੀ ਨਜ਼ਰ ਆ ਰਹੀਆਂ ਨੇ, ਟਰੱਕ ਦੇ ਸਟੀਅਰਿੰਗ ਤੱਕ ਪਾਣੀ ਭਰਿਆ ਹੋਇਆ ਹੈ। ਤੇ ਲੋਕ ਜੱਦੋ ਜਹਿਦ ਕਰ ਰਹੇ ਨੇ ਇੱਥੋਂ ਬਾਹਰ ਨਿਕਲਣ ਦੇ ਲਈ। ਦਿੱਲੀ ਦੇ ਵਿੱਚ ਪਈ ਪਹਿਲੀ ਬਰਸਾਤ ਨੇ ਹੀ ਦਿੱਲੀ ਨੂੰ ਡੁਬਾ ਦਿੱਤਾ ਹੈ। ਤਸਵੀਰਾਂ ਦੇਖੋ ਕਿਸ ਕਦਰ ਹਾਲੋ ਬੇਹਾਲ ਹੋ ਗਈ ਹੈ ਦਿੱਲੀ। ਹਰ ਥਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਜ਼ਮੀਨ ਕਿਤੇ ਵੀ ਨਹੀਂ ਲੱਭ ਰਹੀ ਹੈ। ਤੇ ਇਸੇ ਵਿਚਾਲੇ ਇਹ ਹੋਰ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿੱਥੇ ਦਿੱਲੀ ਦੇ ਇੱਕ ਅੰਡਰ ਬ੍ਰਿਜ ਤੇ ਬੱਸ ਫਸੀ ਹੋਈ ਹੈ, ਪਾਣੀ ਭਰਿਆ ਹੋਇਆ, ਪਾਣੀ ਦੇ ਵਿੱਚ ਬੱਸ ਖੜ ਗਈ ਹੈ, ਨਾ ਤਾਂ ਅੱਗੇ ਜਾ ਰਹੀ ਹੈ ਨਾ ਪਿੱਛੇ ਹੋ ਰਹੀ ਹੈ। ਤੇ ਇੱਥੇ ਬੱਸ ਦੀਆਂ ਸਵਾਰੀਆਂ ਨੂੰ ਰੱਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਤਸਵੀਰਾਂ ਦੇਖੋ, ਨਾਲ ਤਾਂ ਸਮਾਨ ਫੜਿਆ ਹੋਇਆ ਨਾ ਸਵਾਰੀਆਂ ਨੇ, ਰੱਸੀ ਲਮਕਾਈ ਗਈ ਹੈ ਬੱਸ ਦੇ ਉੱਤੋਂ ਦੀ, ਤਾਂ ਫਿਰ ਇਹਨਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਰਿਹਾ ਹੈ ਕਿਉਂਕਿ ਬੱਸ ਇਸ ਪਾਣੀ ਦੇ ਵਿੱਚ ਬੰਦ ਹੋ ਗਈ ਹੈ, ਫਸ ਗਈ ਹੈ। ਤੇ ਇਹ 'ਚ ਸਵਾਰ ਜਿਹੜੀਆਂ ਸਵਾਰੀਆਂ ਨੇ ਉਹ ਵੀ ਬੱਸ ਦੇ ਵਿਚਾਲੇ ਹੀ ਫਸ ਗਈਆਂ ਨੇ। ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਹੈ ਕਿ ਇਹਦੇ ਵਿੱਚ ਚੱਲਣਾ ਵੀ ਔਖਾ ਹੋ ਗਿਆ ਹੈ। ਤੇ ਗੋਤਾਖੋਰਾਂ ਦੇ ਵੱਲੋਂ ਤੇ ਹੋਰ ਦੂਜੇ ਲੋਕਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਸਵਾਰੀਆਂ ਦੀ, ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਰ ਤੱਕ ਰੱਸੀ ਦਾ ਇੱਕ ਸਿਰਾ, ਤਸਵੀਰਾਂ 'ਚ ਦੇਖੋ ਕਿ ਬੱਸ ਦੇ ਉੱਪਰੋਂ ਇੱਕ ਸ਼ਖਸ ਨੇ ਰੱਸੀ ਫੜੀ ਹੋਈ ਹੈ ਤੇ ਫਿਰ ਇਹ ਰੱਸੀ ਬੜੀ ਦੂਰ ਤੱਕ ਇਸੇ ਤਰ੍ਹਾਂ ਬੰਨੀ ਹੋਈ ਹੈ। ਤੇ ਇਹਦੇ ਨਾਲ ਜਿਹੜੇ ਨੇ ਸੁਰੱਖਿਆ ਕਰਮੀ ਇਹਨਾਂ ਯਾਤਰੀਆਂ ਨੂੰ ਸਵਾਰੀਆਂ ਨੂੰ ਲਿਜਾ ਰਹੇ ਨੇ, ਪਾਣੀ ਦੇ ਵਿੱਚੋਂ ਕੱਢ ਰਹੇ ਨੇ। ਸੋ ਇਹ ਦਿੱਲੀ ਦੇ ਹਾਲ ਹੈ ਜਿੱਥੇ ਰੈਸਕਿਊ ਆਪਰੇਸ਼ਨ ਤੱਕ ਚਲਾਉਣਾ ਪੈ ਰਿਹਾ ਹੈ ਬੱਸ ਦੇ ਵਿੱਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਣ ਦੇ ਲਈ ਕਿਉਂਕਿ ਇਹ ਬੱਸ ਪਾਣੀ ਦੇ ਵਿੱਚ ਬੰਦ ਪੈ ਗਈ ਹੈ।
ਹੁਣ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਣੀ ਆ ਜਿਸ ਦੇ ਵਿੱਚ ਦਿੱਲੀ ਦੇ ਹਾਲ ਜਿਹੜੇ ਨੇ ਕਿਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਗੱਡੀਆਂ ਜਿਹੜੀਆਂ ਨੇ ਸਿਰਫ ਛੱਤਾਂ ਹੀ ਨਜ਼ਰ ਆ ਰਹੀਆਂ ਨੇ, ਪੂਰੀ ਦੀ ਪੂਰੀਆਂ ਗੱਡੀਆਂ ਜਿਹੜੀਆਂ ਪਾਣੀ 'ਚ ਡੁੱਬ ਚੁੱਕੀਆਂ ਨੇ। ਕਾਰਾਂ ਦੇ ਹਾਲ ਦੇਖੋ ਤਾਂ ਕਾਰ ਨਜ਼ਰ ਹੀ ਨਹੀਂ ਆ ਰਹੀ ਹੈ, ਸਿਰਫ ਉਸਦੀ ਛੱਤ ਨਜ਼ਰ ਆ ਰਹੀ ਹੈ। ਉਹ ਦੇਖੋ ਦੂਰ ਤੱਕ ਸਿਰਫ ਇਹਨਾਂ ਕਾਰਾਂ ਦੀਆਂ ਛੱਤਾਂ ਹੀ ਨੇ, ਅਤੇ ਜੇ ਟਰੱਕ ਦੀ ਗੱਲ ਕਰੀਏ ਤਾਂ ਸਟੀਅਰਿੰਗ ਤੱਕ ਪਾਣੀ ਭਰਿਆ ਹੋਇਆ ਹੈ। ਇਹ ਸਾਰੀਆਂ ਗੱਡੀਆਂ ਪਾਣੀ ਦੇ ਵਿੱਚ ਬੰਦ ਪੈ ਗਈਆਂ ਨੇ ਕਿਉਂਕਿ ਨਾ ਤਾਂ ਅੱਗੇ ਦਾ ਰਾਹ ਨਜ਼ਰ ਆ ਰਿਹਾ ਹੈ, ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਅਤੇ ਇਸ ਪਾਣੀ ਦੇ ਵਿੱਚੋਂ ਗੱਡੀਆਂ ਨੂੰ ਕੱਢਣਾ ਵੀ ਔਖਾ ਹੋ ਗਿਆ ਹੈ। ਲੋਕ ਜਿਹੜੇ ਨੇ ਬੇਹਾਲ ਹੋ ਗਏ ਨੇ, ਰਾਹ ਕਿਤੋਂ ਨਹੀਂ ਹੈ ਲੰਘਣ ਦਾ, ਚਾਹੇ ਪੈਦਲ ਹੋਵੋ ਜਾਂ ਗੱਡੀਆਂ 'ਤੇ ਹੋਵੋ। ਸੋ ਕਿਸ ਕਦਰ ਪਾਣੀ ਭਰਿਆ ਹੋਇਆ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੀਆਂ ਨੇ, ਦਿੱਲੀ ਦੇ ਅਲੱਗ ਅਲੱਗ ਇਲਾਕਿਆਂ ਦੀਆਂ ਤਸਵੀਰਾਂ ਨੇ। ਕਿਤੇ ਤਾਂ ਅੰਡਰਬ੍ਰਿਜ ਬੱਸ ਫਸੀ ਹੋਈ ਹੈ, ਰੱਸੀਆਂ ਦੇ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਅਤੇ ਦੂਜੇ ਪਾਸੇ ਪਾਣੀ ਦੇ ਵਿੱਚ ਗੱਡੀਆਂ ਡੁੱਬ ਚੁੱਕੀਆਂ ਨੇ, ਸਿਰਫ ਛੱਤਾਂ ਹੀ ਨਜ਼ਰ ਆ ਰਹੀਆਂ ਨੇ, ਟਰੱਕ ਦੇ ਸਟੀਅਰਿੰਗ ਤੱਕ ਪਾਣੀ ਭਰਿਆ ਹੋਇਆ ਹੈ, ਅਤੇ ਲੋਕ ਜੱਦੋ ਜਹਿਦ ਕਰ ਰਹੇ ਨੇ ਇੱਥੋਂ ਬਾਹਰ ਨਿਕਲਣ ਦੇ ਲਈ।